ਸ਼੍ਰੀ ਅਕਾਲ ਜੀ। ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਮੈਂ ਹੈਗੀ ਹਾਂ ਜੀ ਪਿੰਕੀ, ਤੁਹਾਡੀ ਗੁਲਾਬੋ ਦੀ ਸਹੇਲੀ। ਤੁਹਾਨੂੰ ਪਤਾ ਅੱਜ ਮੈਂ ਉਹਦੇ ਬਾਰੇ ਤੁਹਾਨੂੰ ਇੱਕ ਰਾਜ਼ ਦੱਸਣਾ। ਉਹ ਕੀ ਹੈ ਭਲਾ? ਉਹ ਇਹ ਹੈ ਵੀ ਜਿਹੜੀ ਤੁਹਾਡੀ ਗੁਲਾਬੋ ਹੈ ਨਾ, ਉਹ ਹਰ ਵਾਰੀ ਨਕਲ ਕਰਕੇ ਪਾਸ ਹੁੰਦੀ ਸੀਗੀ। ਹਾਂਜੀ, ਮੈਂ ਤਾਂ ਫਸਟ ਆਉਂਦੀ ਸੀਗੀ, ਉਹ ਮੇਰੀ ਨਕਲ ਹੀ ਕਰਦੀ ਸੀਗੀ। ਅਤੇ ਅੱਜ ਆਪਾਂ ਤੁਹਾਨੂੰ ਵੀ ਇਹੀ ਪੁੱਛਣਾ ਵੀ ਤੁਸੀਂ ਵੀ ਕਦੀ ਬਚਪਨ 'ਚ ਨਕਲ ਕੀਤੀ ਆ ਪੜ੍ਹਨ ਵੇਲੇ, ਜਾਂ ਫਿਰ ਕਦੀ ਨਕਲ ਕਰਦੇ ਗਏ ਫੜੇ ਹੋਵੋ, ਜਾਂ ਫਿਰ ਤੁਹਾਡੇ ਤਰੀਕੇ ਪੁੱਛ ਲਾਂਗੇ ਜੀ ਤੁਹਾਨੂੰ ਤੁਸੀਂ ਕਿਹੜੇ ਕਿਹੜੇ ਤਰੀਕੇ ਨਾਲ ਨਕਲ ਕੀਤੀ ਹੈਗੀ ਹੈ। ਤੁਸੀਂ ਫਟਾਫਟ ਫੋਨ ਕਰਨਾ ਆ ਅਤੇ ਮੈਨੂੰ ਦੱਸਣਾ ਆ ਵੀ ਕਿਹੜੇ ਕਿਹੜੇ ਤਰੀਕੇ ਨਾਲ ਤੁਸੀਂ ਨਕਲ ਕਰਦੇ ਸੀਗੇ ਅਤੇ ਕਿਹੜੇ ਕਿਹੜੇ ਤਰੀਕੇ ਗੁਲਾਬੋ ਨੇ ਨਕਲ ਕੀਤੇ ਨੇ, ਉਹ ਵੀ ਮੈਂ ਤੁਹਾਨੂੰ ਦੱਸ ਦਾਂਗੀ, ਠੀਕ ਹੈ ਜੀ। ਨਾਲੇ ਇੱਕ ਹੋਰ ਗੱਲ ਹੈਗੀ ਹੈ ਜੀ, ਗਲੋਬਲ ਪੰਜਾਬ ਨੇ ਇੱਕ ਕੰਟੈਸਟ ਚਲਾਇਆ ਹੋਇਆ ਹੈ, ਲਾਈਵ ਕੌਨਸਰਟ ਹੈਗਾ ਜੀ, ਦਿਲਜੀਤ ਦੋਸਾਂਝ ਜੀ ਦੇ ਨਾਲ ਡਿਨਰ ਹੈਗਾ ਜੀ ਨਿਊ ਜਰਸੀ ਦੇ ਵਿੱਚ 14 ਤਰੀਕ ਨੂੰ। ਅਤੇ ਇੱਕ ਬੜਾ ਹੀ ਆਸਾਨ ਜਿਹਾ ਸਵਾਲ ਹੈਗਾ, ਉਹਦਾ ਤੁਸੀਂ ਜਵਾਬ ਦੇਣਾ। ਉਹ ਸਵਾਲ ਇਹ ਆ ਵੀ ਕਿਹੜੀ ਪਹਿਲੀ ਬਾਲੀਵੁੱਡ ਮੂਵੀ ਸੀਗੀ ਜਿਹਦੇ ਵਿੱਚ ਦਿਲਜੀਤ ਜੀ ਨੇ ਆਪਣਾ ਗਾਣਾ ਦਿੱਤਾ ਸੀਗਾ, ਨਾਲ ਸਪੈਸ਼ਲ ਅਪੀਅਰੈਂਸ ਵੀ ਸੀਗੀ ਉਹਨਾਂ ਦੀ। ਅਤੇ ਜਿਹੜੀਆਂ ਆਪਸ਼ਨਸ ਨੇ ਉਹ ਤੁਹਾਡੇ ਕੋਲ ਐਡ ਦੇ ਵਿੱਚ ਦਿਖ ਜਾਣਗੀਆਂ ਤੁਹਾਨੂੰ। ਤੁਸੀਂ ਮੈਸੇਜ ਕਰਨਾ ਆ, ਨੰਬਰ ਨੋਟ ਕਰ ਲੈਣਾ ਤੁਸੀਂ 3475773979 'ਤੇ। ਤਾਂ ਤੁਸੀਂ ਫਟਾਫਟ ਮੈਸੇਜ ਕਰਨਾ, ਨਹੀਂ ਤਾਂ ਮੈਂ ਮੈਸੇਜ ਕਰਕੇ ਦੱਸ ਦੇਣਾ ਆ ਵੀ ਉਹਦਾ ਸਹੀ ਜਵਾਬ ਕਿਹੜਾ ਹੈਗਾ, ਠੀਕ ਹੈ ਜੀ। ਅਤੇ ਜੇ ਕਰਨਾ ਦਿਲਜੀਤ ਜੀ ਨਾਲ ਡਿਨਰ ਤਾਂ ਫਟਾਫਟ ਮੈਸੇਜ ਕਰ ਦਿਉ। ਅੱਛਾ, ਗੱਲ ਆਪਾਂ ਕਰ ਰਹੇ ਸੀਗੇ ਨਕਲ ਦੀ। ਕਈ ਵਾਰ ਤਾਂ ਮੈਂ ਵੇਖਿਆ ਗੁਲਾਬੋ ਹੈ ਨਾ ਆਪਣੇ ਵੱਲੋਂ ਪੂਰੀ ਤਿਆਰੀ ਕਰ ਲੈਂਦੀ ਸੀਗੀ, ਮੈਨੂੰ ਹਰ ਵਾਰ ਕਹਿ ਦਿੰਦੀ ਸੀ ਅੱਛਾ ਆਹ ਵੀ ਹੋ ਗਿਆ, ਆਹ ਵੀ ਹੋ ਗਿਆ, ਆਹ ਵੀ ਹੋ ਗਿਆ। ਅਤੇ ਜਦੋਂ ਰਿਜ਼ਲਟ ਆਉਂਦਾ ਸੀਗਾ ਨਾ, ਉਦੋਂ ਕਹਿੰਦੀ ਸੀ ਹਾਏ ਓ ਰੱਬਾ ਆਹ ਕੀ ਹੋ ਗਿਆ। ਮਤਲਬ ਨਕਲ ਕਰਨ 'ਚ ਇੰਨੀ ਤੇਜ਼ ਸੀਗੀ ਨਾ, ਫਿਰ ਵੀ ਚੀਟਿੰਗ ਕਰਕੇ ਵੀ ਨਹੀਂ ਸੀ ਪਾਸ ਹੁੰਦੀ। ਮੈਂ ਤਾਂ ਪੜ੍ਹਿਆ ਹੁੰਦਾ ਸੀਗਾ, ਮੈਂ ਤਾਂ ਪਾਸ ਹੋ ਜਾਂਦੀ ਸੀਗੀ। ਅੱਛਾ, ਤੁਹਾਡੇ ਵਿੱਚ ਨਾ ਕਈ ਐਸੇ ਹੋਣਗੇ ਜਿਨ੍ਹਾਂ ਨੇ ਪਰਚੀਆਂ, ਅੱਛਾ ਅੱਜ ਕੱਲ੍ਹ ਬੜਾ ਟੈਕਨੀਕਲ ਜਿਹਾ ਮਾਹੌਲ ਹੈਗਾ, ਪਰਚੀਆਂ ਵੀ ਉੱਦਾਂ ਦੀਆਂ ਬਣਾਈਆਂ ਹੁੰਦੀਆਂ, ਬਲੂਟੂਥ ਜਿਹਾ ਲਾ ਲੈਣਗੇ, ਉਹਦੇ ਥਰੂ ਚੀਟਿੰਗ ਕਰ ਲੈਂਦੇ ਨੇ। ਸਾਡੇ ਜ਼ਮਾਨੇ 'ਚ ਆਪਾਂ ਕਰਦੇ ਸੀ ਕਦੀ ਬੂਟਾਂ 'ਚ ਪਾ ਲੈਣੀਆਂ ਪਰਚੀਆਂ, ਕਦੀ ਬਾਥਰੂਮ 'ਚ ਲੁਕਾ ਕੇ ਆ ਜਾਣੀਆਂ, ਹੈ ਨਾ, ਬਹਾਨਾ ਜਿਹਾ ਮਾਰ ਕੇ ਕਦੀ ਪਾਣੀ ਪੀਣ ਚੱਲ ਜਾਣਾ। ਇੱਕ ਵਾਰ ਤਾਂ ਸਾਡੇ ਕਲਾਸ 'ਚ ਇੱਕ ਮੁੰਡੇ 'ਤੇ ਨਾ ਪਲਾਸਟਰ ਲੱਗਾ ਹੋਇਆ ਸੀਗਾ, ਉਹਨੇ ਉਹਦੇ ਅੰਦਰ ਪਰਚੀਆਂ ਪਾਈਆਂ ਹੋਈਆਂ ਸੀਗੀਆਂ। ਮੈਡਮ ਨੇ ਉਹ ਤਾਂ ਚੈੱਕ ਕੀਤਾ ਨਹੀਂ, ਪਰ ਬਾਅਦ 'ਚੋਂ ਫੜਿਆ ਹੀ ਗਿਆ, ਕਿਤੇ ਸੁਪਰਵਾਈਜ਼ਰ ਕਿਤੇ ਘੱਟ ਹੁੰਦੇ ਨੇ, ਫੜੇ ਤਾਂ ਜਾਂਦੇ ਹੀ ਨੇ। ਤੁਸੀਂ ਵੀ ਕਈ ਵਾਰੀ ਫੜੇ ਗਏ ਹੋਵੋਗੇ, ਹੈ ਨਾ। ਮੈਨੂੰ ਫਟਾਫਟ ਤੁਸੀਂ ਦੱਸ ਦੇਣਾ ਵੀ ਕਿੱਦਾਂ ਕਿੱਦਾਂ ਦੇ ਤਰੀਕੇ ਨੇ, ਕਿਉਂਕਿ ਜਿਹੜੀ ਗੁਲਾਬੂ ਹੈ ਨਾ ਇਹ ਤਾਂ ਬੜੀ ਮਾਹਿਰ ਸੀਗੀ। ਅੱਛਾ, ਮੈਂ ਵੇਖਿਆ ਵੀ ਜਦੋਂ ਆਪਾਂ ਨਾ ਸਕੂਲ 'ਚ ਪੜ੍ਹਦੇ ਹਾਂ ਨਾ, ਉਦੋਂ ਸਾਨੂੰ ਕਦੀ ਨਹੀਂ ਲੱਭਦਾ ਵੀ ਬਲੈਕਬੋਰਡ 'ਤੇ ਕੀ ਲਿਖਿਆ ਹੋਇਆ, ਅਤੇ ਚੀਟਿੰਗ ਕਰਨ ਵੇਲੇ ਭਾਵੇਂ ਜਿੰਨੀ ਮਰਜ਼ੀ ਦੂਰ ਬੱਚਾ ਬੈਠਾ ਹੋਏ ਝੱਟ ਲੱਭ ਜਾਂਦਾ, ਹੈ ਨਾ। ਨਾਲ ਹੀ ਸਾਡੇ ਕਾਲਰ ਵੀ ਆ ਗਏ ਨੇ ਜੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਲਾਬੋ, ਕੀ ਹਾਲ ਚਾਲ? ਮੈਂ ਗੁਲਾਬੋ ਦੀ ਸਹੇਲੀ ਪਿੰਕੀ, ਵੇਖੋ ਪਿੰਕ ਪਿੰਕ ਬਣ ਕੇ ਆਈ ਆ। ਪਿੰਕ ਪਿੰਕ ਬਣ ਗਈ, ਸਤਿ ਸ਼੍ਰੀ ਅਕਾਲ ਪਿੰਕੀ। ਹਾਂਜੀ ਜੀ, ਗੁਲਾਬੋ ਪਤਾ ਕਿੰਨੀ ਚੀਟਿੰਗ ਕਰਦੀ ਸੀਗੀ। ਬਹੁਤ ਸੋਹਣੇ ਲੱਗ ਰਹੇ ਤੁਸੀਂ ਅੱਜ, ਬਹੁਤ ਸੋਹਣੇ ਲੱਗ ਰਹੇ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਵੈਰੀ ਨਾਈਸ, ਵੈਰੀ ਨਾਈਸ, ਵੈਰੀ ਗੁੱਡ, ਥੈਂਕ ਯੂ ਜੀ। ਅੱਛਾ ਅੱਛਾ, ਅੱਜ ਟੌਪਿਕ ਸੁਣਿਆ ਤੁਸੀਂ, ਕੀ ਹੈਗਾ ਟੌਪਿਕ? ਨਹੀਂ ਮੈਂ ਸੁਣਿਆ, ਮੈਂ ਤੁਹਾਡਾ ਸੋਹਣਾ ਸੂਟ ਵੇਖਿਆ, ਸੋਹਣੇ ਟੌਪਸ ਵੇਖੇ, ਬਹੁਤ ਸੋਹਣੇ ਲੱਗ ਰਹੇ ਤੁਸੀਂ। ਥੈਂਕ ਯੂ ਸੋ ਮਚ ਮੈਮ। ਤੇ ਇੱਕ ਵਾਰੀ ਆਡੀਅੰਸ ਨੂੰ ਤੁਹਾਡਾ ਨਾਮ ਦੱਸ ਦਈਏ। ਮਨਜੀਤ ਕੌਰ। ਕਿੱਥੋਂ ਬੋਲ ਰਹੇ ਹੋ? ਨਿਊਯਾਰਕ ਤੋਂ, ਨਿਊਯਾਰਕ ਮਨੇਲ ਤੋਂ। ਅੱਛਾ ਜੀ, ਤੇ ਨਕਲ ਬਾਰੇ ਕੀ ਕਹਿਣਾ ਚਾਹੋਗੇ? ਮੈਂ ਸੁਣੇ ਨਹੀਂ, ਮੈਂ ਫੇਰ ਕਰਦੀ ਹਾਂ ਨਾ, ਹੋਲਡ ਰੱਖੋ। ਮੈਂ ਤੁਹਾਨੂੰ ਦੱਸ ਦੇਣਾ ਆ, ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਕਦੀ ਬਚਪਨ 'ਚ ਨਕਲ ਕੀਤੀ? ਨਹੀਂ, ਮੈਂ ਨਹੀਂ ਕੀਤੀ ਨਕਲ। ਨਕਲ ਹੀ ਨਹੀਂ ਕੀਤੀ? ਮੈਂ ਨਕਲ ਹੀ ਨਹੀਂ ਕੀਤੀ ਨਾ। ਤੇ ਤੁਹਾਡੀ ਕਲਾਸ ਦੇ ਬੱਚੇ ਤਾਂ ਤੁਹਾਡੇ ਕੋਲ ਨਕਲ ਕਰਦੇ ਹੋਣਗੇ ਫੇਰ? ਹਾਂ ਹਾਂ, ਯੈਸ। ਕੀ ਤਰੀਕੇ ਸੀਗੇ ਉਸ ਕੋਲ? ਕੋ ਕੇ ਲੁਕੋ ਲੁਕੋ ਕੇ ਜਿੱਦ ਪੇਪਰ ਦੇਣਾ ਤੇ ਕੰਡ ਕਰ ਲੈਣੀ, ਕਹਿਣਾ ਥੋੜਾ ਜਿਹਾ ਕਣੀ ਬਾਹਾਂ 'ਚ ਦੱਸੋ ਪੇਪਰ ਤੇ ਕੀ ਲੈ ਕਰਕੇ। ਆ ਬਾਹ ਮਾੜੀ ਜੀ ਇੱਧਰ ਨੂੰ ਕਰੀ, ਹੈ ਨਾ, ਇੱਦਾਂ ਕਹਿੰਦੇ ਸੀਗੇ ਨਾ। ਬਾਹ ਕਰੀ, ਬਾਹ ਮਾੜੀ ਜੀ ਇੱਧਰ ਨੂੰ ਕਰੀ। ਉੱਤੇ ਉਹਦੇ 'ਚ ਲੱਭ ਜਾਂਦਾ ਸੀ ਸਾਰਾ ਪੇਪਰ ਉਹਨਾਂ ਨੂੰ, ਹੈ? ਹੈਲੋ, ਯੈਸ ਯੈਸ, ਹੱਸਦੇ ਬਹੁਤ ਸੋਹਣੇ ਲੱਗ ਰਹੇ ਤੁਸੀਂ। ਥੈਂਕ ਯੂ ਜੀ, ਥੈਂਕ ਯੂ, ਹੈ ਨਾ। ਤੇ ਮੈਂ ਇੰਨੀ ਸੋਹਣੀ ਲੱਗ ਰਹੀ ਹਾਂ, ਮੈਨੂੰ ਲੱਗਦਾ ਵੀ ਹੁਣ ਤੁਸੀਂ ਮੇਰੀ ਤਾਰੀਫ ਹੀ ਕਰੀ ਜਾਣੀ ਹੈ। ਮੈਨੂੰ ਬੜੇ ਸੋਹਣਾ ਸੂਟ ਬੜਾ ਪਸੰਦ ਹੈ, ਮੈਨੂੰ ਫੇਰ ਵੀ ਤੇ ਮੇਰਾ ਵੀ। ਮੈਂ ਤੁਹਾਨੂੰ ਪਾਰਸਲ ਕਰਕੇ ਭੇਜਦਾ। ਭੇਜਦਾ? ਥੈਂਕ ਯੂ, ਭੇਜਦਾ। ਇੰਨੀ ਦੂਰ ਤੁਸੀਂ ਬੈਠੇ ਹੋ ਨਿਊਯਾਰਕ ਵਿੱਚ, ਹੈ? ਥੈਂਕ ਯੂ। ਤੁਸੀਂ ਕਿੱਥੋਂ ਬੋਲਦੇ? ਆਪਾਂ ਇੰਡੀਆ ਤੋਂ ਬੋਲ ਰਹੇ ਹਾਂ ਜੀ। ਅੱਛਾ, ਇੰਡੀਆ ਕਿਹੜੇ ਸ਼ਹਿਰ ਤੋਂ? ਆਪਾਂ ਚੰਡੀਗੜ੍ਹ। ਹਾਂਜੀ, ਚੰਡੀਗੜ੍ਹ ਤੋਂ ਬੋਲ ਰਹੇ ਹਾਂ। ਅਤੇ ਮੈਂ ਤੁਹਾਨੂੰ ਹੁਣੇ ਪੁੱਛਿਆ ਨਾ ਨਕਲ ਕਿੱਦਾਂ ਕਿੱਦਾਂ ਕਰ ਰਿਹਾ, ਵੇਖ ਲਓ ਅਗਲਾ ਕਾਲਰ ਫਟਾਫਟ ਮੈਨੂੰ ਦੱਸੇਗਾ ਹੁਣੇ ਵੀ ਆਪਾਂ ਨਕਲ ਕਿੱਦਾਂ ਕਰਦੇ ਸੀਗੇ। ਓਕੇ, ਪੁੱਛ ਲਈ ਉਹਨਾਂ ਨੂੰ ਵੀ।
पूछ लो। ठीक है जी, थैंक यू सो मच। ओके, थैंक यू, ओके जी, बाय। हेलो। हेलो, सत श्री अकाल जी। सत श्री अकाल जी, कौन बोल रहे जी? मैं कैलिफोर्निया सैक्रामेंटो से सतपे तो बोल रही हां। ओके महाराज जी, थोड़ी सी हौली बोलते पे हो ना। ओके ओके। हाँ महाराज जी, बोलो। बहुत बहुत स्वागत है थोड़ा। मैंने ये दसो, आज का टॉपिक तुसी जानते हो? हाँ जी, हाँ जी, दसो फिर ओदे तो बारे में। थोड़ा सूट बहुत सोहना लगता पाया, तुम बहुत सोहने लगते हैं। थैंक यू सो मच जी। मैं हाँ नकल, जी, मैं भी नकल ही कीती हैगी वैसे, जिदा पेपरां च नकल करी दी है ना, मैं भी लोकां दे सूट वेख वेख के नकल कर लिए भी, इदां दे स्टाइल चलदा पिया अजकल, है ना। नहीं, बहुत सोहना लगता थोड़ा सूट पाया है। हाँ जी, थैंक यू जी, थैंक यू। ते अज दा जेड़ा साडा टॉपिक हैगा नकल, ओदे ते तुसी कुछ कहना हाँ जी, चाहोगे? नकल वाली पे सारा कुछ चलता। क्लास च नकल करदे सीगे तुसी? नहीं, असी तो नकल नहीं की हैगी, उ तो सूटा की तो नकल कर ली दी है। मैं थोड़ा सूट देख के बहुत सोहना लगता। अच्छा, सूटा पर वेख के नकल कर देंगे, पेपरा च नकल नहीं कीती? नहीं, पेपर च नहीं की। फिर ठीक है, फिर ठीक है। अपन ना फटाफट अगले कॉलर नु पूछ लेना भी उन्होंने पेपरा च नकल कीती है। मैंने लगता अज किसी ने भी नहीं दसना भी उन्होंने पेपर च नकल कीती कि नहीं कीती। नहीं, कोई दसता ही नहीं हूं भी असी नकल की है। अगला दसदे नहीं कहते ना मैं ऐसे हैगे। पाया पास। आपा बुलवा हाँ लेना, जी, वेखियो वेखियो, हुणी आपा हुणी बुलवा लेना इन्हां कोलों। ठीक है। अच्छा सत श्री अकाल। जी, हेलो हेलो, हेलो, सत श्री अकाल जी, कौन बोल रहे ने? श्रीकाल सत श्री अकाल, कौन बोल रहा है? मुल्तानी जी, सत श्री अकाल। श्रीकाल। की हाल चाल ने जी थोड़े? हाल चाल तो ठीक है जी। हैं, वधिया ने हाल चाल? पिंकी केड़ी, मोगे वाली के या दूजी गुलाबो वाली? ए जेड़ी मर्जी बना लो, हाले तक गुलाबो वाली आ, है ना? अच्छा, गुलाबो वाली यार, मैं गुलाब फिर मोगे वाली नहीं आ गई पिंकी। नहीं, हाँ, हाले तक गुलाबो वाली आ, है ना। ठीक है, ते ठीक मुल्तानी है। जी, आज दा साडा टॉपिक है गया जी नकल। हाँ जी, पता है मैनू। हाँ जी, तुहानू हाँ सब जी, पता है ना। हाँ जी, हाँ जी, हाँ ते जी। की कहना चाहोगे? तुसी तां नकल कीती होनी आ, हुण झूठ ना बोलियो। हो गया, थोड़ी बारी कर मार ली दी सी। माड़ी मोटी आओ, माड़ी मोटी फिर तुहानू पता नहीं, थोड़ा बहुत जेड़ा कोई ना कोई सवाल आंदा या क्वेश्चन ना आंदा अगले पुछना ही पैंदा है ना, कि इनक दा बंदा। भाई बिल्कुल किदा बिल्कुल 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 है बंदा नहीं। जी, पूछना क्यों तुहानू नहीं। पता होंदा ना, साल दा एंड हुंदा है, ते फिर अगला सोचदा भी मेरा साल भी ना खराब हो जाए, ते थोड़े जे नंबरां थोड़ा रह जाओ, इस हाँ करके फिर थोड़ा भला पुछ के अगला कहता तो साल तो क्लियर करो अपना। हाँ? है ना, मतलब 33 नंबर ही लियाने हैं, है ना। मेन मुद्दा तो 33 नंबरा दा पता है। नहीं, तुहानू किदां पता 33 नंबर? 33 तो वध भी लेंदे रहे हैं, ऐसी गल थोड़ी। ए गल तुसी झूठ बोलती, 33 तो लैपटी वध वाले नकल करके। तुहानू क्यों यकीन है? तुसी दसो, तुहानू यकीन नहीं नहीं किदां नहीं सर, तुसी फर्स्ट आंदे होवोगे, मैनू पता है। नहीं, हुण जेड़ा तुसी भाई है जेड़ा क्वेश्चन ना आंदा होवे बाई चांस, जां सवाल ना ओ आंदा पूछ लिया। होवे, वो फिर वो पुछना पैंदा है। तो ओहदे विच ये हुंदा वी चलो बंदे नूं कोई 4-10 नंबर वध मिल जांदे ने, है ना, आहो, तो चुंगा हो जांदा ठीक है। है गलत है? चुंगा थोड़ा, जेड़ा सही सवाल कड्या 10 नंबर का सवाल हुंदा है, 10 नंबर आ गया वो चुंगा थोड़ा है। थोड़ा सही गल है, बिल्कुल सही गल दो है। चार दो चार आप करो, एक अद्धा कुछ नकलों जी आपे 45-50 नंबर आ जाते हैं। बिल्कुल बिल्कुल तुसी कहते बिल्कुल। 33% झूठ, तुसी झूठे बहुत हो। अच्छा सॉरी, हेलो, ऐ बड़े कान, सॉरी। ठीक है, मैं मैं कर पड़ा मैं नहीं हुण, है? नहीं ठीक है, तुसी बिल्कुल मान लिया कि तुसी चीटिंग करदे सीगे। मैनू लगदा अगला कॉलर भी हैगा, उहनू पुछ लैणे भी ओह चीटिंग करदा सी कि नहीं। ठीक है, पिंकी दा मेरे पता सुभाअ ही इदां दा, पिंकियां लड़ाकियां होंदियां हद हो गई हुण, है हुण सुभाअ भी मेरा खराब हो गया है जी। ना। ਮੋਗੇ ਵਾਲੀ ਤਾਂ ਬੜਾ ਤਾੜਦੀ ਸਾਰਿਆਂ ਨੂੰ, ਤੁਹਾਡਾ ਤਾਂ ਚਲੋ ਜੇ ਠੀਕ ਹੀ ਠੀਕ ਲੱਗਦਾ ਹੈ ਮੈਨੂੰ, ਤੁਸੀਂ ਕੁਛ ਠੀਕ ਹੋ। ਠੀਕ ਹੈ ਨਾ, ਮੈਂ ਚਲੋ ਫਿਰ ਹਾਂ ਠੀਕ ਆ, ਮੰਨ ਲੈਣੇ ਜੀ ਤੁਹਾਡੀ ਗੱਲ। ਹੁਣ ਅਗਲੇ ਕਾਲਰ ਨੂੰ ਪੁੱਛਦੇ ਵੀ ਉਹ ਚੀਟਿੰਗ ਹਾਂ ਕਰਦੇ ਸੀਗੇ ਕਿ ਨਹੀਂ। ਜੀ, ਹਾਂ ਜੀ, ਠੀਕ ਹੈ, ਓਕੇ ਓਕੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਿੰਕੀ ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਬੱਬੂ ਬੋਲ ਰਹੀ ਹਾਂ, ਵਰਜੀਨੀਆ ਤੋਂ। ਹਾਂ ਜੀ, ਤੁਹਾਨੂੰ ਪਹਿਚਾਣ ਲਿਆ, ਪਰ ਮੈਂ ਨਾ ਵੈਸੇ ਮੈਨੂੰ ਆਦਤ ਜੀ ਪੈ ਗਈ ਪੁੱਛਣ ਦੀ ਵੀ ਕੌਣ ਬੋਲ ਰਹੇ। ਬਸ ਮੈਂ ਅੱਜ ਤੁਹਾਡੀ ਸਿਫਤਾਂ, ਸਾਰੇ ਸਿਫਤਾਂ ਹੀ ਕਰੀ ਜਾ ਰਹੇ ਆ ਤੁਹਾਡੇ ਸਿਫਤਾਂ ਦੇ। ਮੈਨੂੰ ਤੁਹਾਡਾ ਟਾਕ ਆਫ ਦੇ ਬਹੁਤ ਸੋਹਣਾ ਲੱਗ ਰਿਹਾ, ਮੈਂ ਮੂੰਹ ਹੀ ਦੇਖੀ ਜਾਨੀ ਤੁਹਾਡਾ। ਹਾਂ, ਹੈ ਨਾ, ਹੈ ਨਾ, ਹੈ ਨਾ, ਬਹੁਤ ਸੋਹਣਾ ਹੈ ਨਾ, ਲੱਗਦਾ। ਤੁਸੀਂ ਫੋਟੋ ਖਿੱਚ ਲਓ ਮੇਰੀ ਇੱਕ।
ਮੈਨੂੰ ਹਰ ਗੱਲ ਦਾ ਹਨਾ ਹਨਾ ਬਹੁਤ ਸੋਹਣਾ ਲੱਗ ਰਿਹਾ, ਇੱਕ ਹੱਸਦੇ ਜੀ ਲੈ ਜਾਂਦਾ ਥੈਂਕ ਯੂ, ਹੈ ਹਨਾ ਸੋਹਣੀ ਲੱਗਦੀ ਹਨਾ 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 ਏਦਾਂ ਲੱਗਦਾ ਜਿੱਦਾਂ ਬੜੀ ਕਿਊਟ ਜੀ ਸਮਾਈ ਨਾਲ ਹਨਾ ਕਹਿੰਦੇ ਇਹ ਆਪਣਾ ਤੁਸੀਂ ਉਹ ਬਣਾ ਲਿਓ ਕੋਡ ਬਰਡ ਜਿਹਾ ਬਣਾ ਲਿਓ ਜਿਹੜਾ ਇਹ ਹਾਂ ਤੁਸੀਂ। ਬਿਲਕੁਲ ਬਿਲਕੁਲ, ਤੁਸੀਂ ਬਹੁਤ ਵਧੀਆ ਗੱਲ ਪੁਆਇੰਟ ਆਊਟ ਕੀਤੀ ਆ ਵੈਸੇ ਕਿ ਇਹ ਮੈਂ ਬੋਲਦੀ ਹਾਂ, ਮੈਨੂੰ ਵੀ ਲੱਗਦਾ ਵਿੱਚ-ਵਿੱਚ, ਪਰ ਤੁਸੀਂ ਨੋਟ ਕੀਤਾ ਮੈਨੂੰ ਵਧੀਆ ਲੱਗਾ। ਏਦਾਂ ਲੱਗਦਾ ਕਿ ਬਹੁਤ ਹੈਪੀ ਨੇਚਰ ਹੋਏਗੀ ਤੁਹਾਡੀ ਆਮ ਲਾਈਫ 'ਚ। ਬਿਲਕੁਲ ਜੀ ਬਿਲਕੁਲ, ਵੇਖੋ ਆਪਾਂ ਤੁਹਾਨੂੰ ਕਿੰਨਾ ਐਂਟਰਟੇਨ ਕਰੀਦਾ ਆ, ਕਿੰਨਾ ਖੁਸ਼ ਰੱਖੀਦਾ ਆ, ਹਨਾ। ਰਾਈਟ, ਥੋੜਾ ਜਿਹਾ ਠੰਡਾ ਸੁਭਾਅ ਜ਼ਿਆਦਾ ਲੱਗਦਾ ਕੁਛ ਏਦਾਂ, ਹਨਾ ਮੈਨੂੰ ਵੀ ਏਦਾਂ ਲੱਗਦਾ, ਮੈਂ ਵੀ ਏਦਾਂ ਸਿੱਖਾਂ ਥੋੜਾ ਹਨਾ ਹਨਾ। ਆਪਾਂ ਤੁਹਾਨੂੰ ਰੋਜ਼ ਮਿਲਿਆ ਕਰਨਾ ਤੇ ਰੋਜ਼ ਇੱਕ ਨਵਾਂ ਟੌਪਿਕ ਚੱਕਿਆ ਕਰਨਾ, ਰੋਜ਼ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਤੁਸੀਂ ਲਿਆ ਕਰਨੀਆਂ ਤੇ ਰੋਜ਼ ਆਪੇ ਤੁਹਾਡਾ ਸੁਭਾਅ ਪੇ ਵਧੀਆ ਹੋ ਜਾਣਾ, ਹਨਾ। ਹਾਂ, ਇਹ ਨਾਨੀ ਮਾਂ ਦੇ ਰੋਲ 'ਚ ਵੀ ਤੁਸੀਂ ਬਹੁਤ ਅੱਛੇ ਲੱਗਦੇ ਸੀਗੇ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ, ਤੁਸੀਂ ਇੰਨੀ ਤਾਰੀਫ ਕੀਤੀ। ਤੇ ਹੋਰ ਜਿਹੜੀ ਨਕਲ ਦਾ ਟੌਪਿਕ ਆ ਨਾ, ਇਹਦੇ ਵਿੱਚ ਮੈਂ ਰੀਅਲ ਗੱਲ ਇੱਕ ਦੱਸਣੀ ਚਾਹੁੰਦੀ ਹਾਂ ਕਿ ਥੋੜੀ ਬਹੁਤੀ ਨਕਲ ਤੇ ਸਭ ਨੇ ਮਾਰੀ ਆ ਹੁੰਦੀ ਆ, ਇਹ ਉਹ ਉਦਾਂ ਹੀ ਉਹ ਆਪਣੇ ਸਾਰੇ ਕਰੀ ਜਾਂਦੇ ਹੁੰਦੇ ਆ, ਇੱਦਾਂ ਉਦਾਂ ਹੁੰਦਾ, ਪਰ ਥੋੜਾ ਬਹੁਤਾ ਤੇ ਕਦੀ ਕੋਈ ਪਰਫੈਕਟ ਸੰਪੂਰਨ ਤੇ ਹੁੰਦਾ ਹੀ ਨੀਗਾ, ਇਹ ਤਾਂ ਚੱਲਦਾ ਹੀ ਆ ਹਨਾ। ਇਹਦਾ ਨਾ ਉਹ ਥੋੜਾ ਬਹੁਤਾ ਤਾਂ ਕਿਸੇ ਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਆਹ ਸਵਾਲ ਦਾ ਜਵਾਬ ਦੱਸ ਦੇ ਮੈਨੂੰ, ਤੂੰ ਕਿੱਦਾਂ ਕੀਤਾ ਆਪਣੇ ਫਰੈਂਡ ਨੂੰ, ਐਜ ਏ ਲਾਗੇ ਕਈ ਵਾਰ ਪੁੱਛ ਹੋ ਜਾਂਦਾ ਇੱਦਾਂ। ਹੁਣ ਅਸੀਂ ਝੂਠ ਤੇ ਬੋਲ ਨਹੀਂ ਸਕਦੇ ਕਿ ਅਸੀਂ ਪੱਕੇ ਤੌਰ ਤੇ ਸਾਰੀ ਪੜ੍ਹਾਈ 'ਚ ਮਾਰੀ ਨਹੀਂ ਹੋਏਗੀ, ਕਿਤੇ ਮਾਰੀ ਵੀ ਹੋਏਗੀ ਜ਼ਰੂਰ, ਲਾਗੇ ਆਇਆ ਰਲ ਕੇ ਕਈ ਵਾਰੀ ਪੇਪਰ ਥੋੜਾ ਬਹੁਤਾ ਉਹਨੂੰ ਕੁਛ ਦੱਸ ਹੋ ਜਾਂਦਾ, ਕਈ ਵਾਰੀ ਇੱਦਾਂ ਕਰ ਹੋ ਜਾਂਦਾ ਹੁੰਦਾ ਸੀਗਾ ਕੱਚੇ ਪੇਪਰਾਂ 'ਚ ਖਾਸ ਤੌਰ ਤੇ, ਨਾ ਕਿ ਰੀਅਲ। ਬਹੁਤ ਵਧੀਆ ਲੱਗਾ ਕਿ ਤੇ ਤੁਸੀਂ ਮੰਨ ਲਿਆ ਕਿ ਉਹਨਾਂ ਦੇ ਤਾਂ ਕਹਿ ਇੱਕ ਆਪਣੀ ਜਿਹੜੀ ਰੀਅਲ ਜ਼ਿਆਦਾ ਬੋਲ ਕੇ ਸੁਣਾ ਹੁੰਦਾ, ਉਹ ਕਹਿ ਦਈਦਾ ਤੂੰ ਆਹ ਠੀਕ ਆਂਸਰ ਇਹਦਾ ਤੈਨੂੰ ਇੱਦਾਂ ਕੀਤਾ, ਜਾਂ ਇੱਕ ਦੂਸਰੇ ਨੂੰ ਮੇਕ ਸ਼ੋਰ ਕਰ ਲਈਦਾ ਹੁੰਦਾ ਸੀ ਇੱਦਾਂ ਕਈ ਵਾਰ, ਮਤਲਬ ਇੱਕ ਵਾਰ ਦੇਖ ਲਈਦਾ ਵੀ ਇਸ ਠੀਕ। ਲਈ ਇਹ ਝੂਠ ਨਹੀਂ ਬੋਲਣਾ ਚਾਹੀਦਾ ਕਿ ਸਾਰਿਆਂ ਨੇ ਥੋੜਾ ਬਹੁਤਾ ਕੀਤਾ ਹੁੰਦਾ ਆ। ਬਿਲਕੁਲ ਬਿਲਕੁਲ ਮੈਮ। ਅੱਛਾ ਸਾਡੀ ਨਾ ਹੁਣ ਬ੍ਰੇਕ ਦਾ ਟਾਈਮ ਹੋ ਗਿਆ, ਆਪਾਂ ਤੁਹਾਡੇ ਨਾਲ ਫੇਰ ਗੱਲਬਾਤ ਕਰ ਲਈਏ। ਓਕੇ ਹੈਨਾ ਹੈਨਾ, ਥੈਂਕ ਯੂ ਸੋ ਮਚ ਜੀ। ਇਸ ਦੇ ਨਾਲ ਹੀ ਲੈਣੇ ਜੀ ਇੱਕ ਨਿੱਕਾ ਜਿਹਾ ਪਿਆਰਾ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਸਾਡਾ ਟੌਪਿਕ ਚੱਲ ਰਿਹਾ ਸੀਗਾ ਅੱਜ ਦਾ ਨਕਲ, ਉਹ ਤਾਂ ਨਾਲੋ ਨਾਲ ਚੱਲ ਰਿਹਾ, ਨਾਲ ਹੀ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਜੀ ਕੰਟੈਸਟ ਵੀ ਚੱਲ ਰਿਹਾ ਹੈਗਾ, ਇੱਕ ਦਿਲਜੀਤ ਜੀ ਦੇ ਨਾਲ ਤੁਹਾਨੂੰ ਡਿਨਰ ਕਰਨ ਦਾ ਮੌਕਾ ਮਿਲ ਰਿਹਾ ਜੀ 14 ਤਰੀਕ ਨੂੰ ਨਿਊ ਜਰਸੀ ਦੇ ਵਿੱਚ। ਤੇ ਉਹਦੇ ਵਾਸਤੇ ਬਹੁਤ ਹੀ ਸਿੰਪਲ ਜਿਹਾ ਪ੍ਰੋਸੀਜਰ ਹੈਗਾ, ਇੱਕ ਆਸਾਨ ਜਿਹੇ ਸਵਾਲ ਦਾ ਤੁਸੀਂ ਜਵਾਬ ਦੇਣਾ। ਉਹ ਸਵਾਲ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਕਿਹੜੀ ਮੂਵੀ ਪਹਿਲੀ ਬਾਲੀਵੁੱਡ ਮੂਵੀ ਸੀਗੀ ਜਿਹਦੇ ਵਿੱਚ ਦਿਲਜੀਤ ਜੀ ਨੇ ਆਪਣੀ ਅਪੀਅਰੈਂਸ ਵੀ ਦਿੱਤੀ ਸੀ ਪਲੱਸ ਗਾਣਾ ਵੀ ਦਿੱਤਾ ਸੀਗਾ। ਉਹਦੀਆਂ ਆਪਸ਼ਨਸ ਵੀ ਤੁਹਾਡੇ ਨੂੰ ਐਡ ਦੇ ਵਿੱਚ ਤੁਹਾਡੇ ਸਾਹਮਣੇ ਹੋਣਗੀਆਂ ਜੀ। ਤੇ ਜਿਹੜਾ ਨੰਬਰ ਹੈਗਾ ਉਹ ਤੇ ਤੁਸੀਂ ਮੈਸੇਜ ਕਰ ਦੇਣਾ, ਨੰਬਰ ਹੈਗਾ ਜੀ 347-577-3969, ਇਹਦੇ ਤੇ ਤੁਸੀਂ ਫਟਾਫਟ ਮੈਸੇਜ ਕਰਨਾ ਆ। ਨਹੀਂ ਤਾਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮੈਨੂੰ ਤਾਂ ਜਵਾਬ ਪਤਾ ਹੀ ਹੈਗਾ, ਮੈਂ ਜੇ ਕਰਤਾ ਮੈਸੇਜ ਫਿਰ ਤੁਸੀਂ ਕਹਿਣਾ ਵੀ ਇਕੱਲੀ ਇਕੱਲੀ ਡਿਨਰ ਕਰ ਆਈ ਦਿਲਜੀਤ ਜੀ ਦੇ ਨਾਲ, ਇਸੇ ਕਰਕੇ ਫਟਾਫਟ ਆਪਣੀਆਂ ਐਂਟਰੀਆਂ ਕਰਾਓ ਅਤੇ ਦਿਲਜੀਤ ਜੀ ਦੇ ਨਾਲ ਡਿਨਰ 'ਤੇ ਜਾਓ। ਅੱਛਾ ਆਪਾਂ ਗੱਲ ਕਰ ਰਹੇ ਸੀਗੇ ਜੀ ਨਕਲ 'ਤੇ, ਉਹ ਤਾਂ ਇੱਕ ਵਾਰੀ ਫਿਰ ਗੱਲਬਾਤ ਕਰਨੀ ਬਣਦੀ ਹੈ ਨਾ ਸਾਡੀ, ਕਿਉਂਕਿ ਨਾ ਮੈਂ ਵੇਖਿਆ ਵੀ ਜਿਹੜੀ ਆਪਾਂ ਬੜੀ ਹੁਸ਼ਿਆਰੀ ਨਾਲ ਨਕਲ ਜੀ ਮਾਰ ਲੈਂਦੇ ਹਾਂ ਨਾ, ਪਰਚੀਆਂ ਲੈ ਕੇ ਚੱਲ ਜਾਂਦੇ ਹਾਂ, ਬਹੁਤ ਵਧੀਆ ਤਰੀਕੇ ਨਾਲ ਨਕਲ ਮਾਰਨ ਲੱਗਦੇ ਹਾਂ, ਇਹ ਜਿਹੜੇ ਸਾਡੇ ਨਾਲ ਦੇ ਹੁੰਦੇ ਨੇ ਨਾ, ਇਹ ਬਹੁਤ ਚਲਾਕ ਹੁੰਦੇ ਨੇ, ਇਹ ਕਈ ਵਾਰ ਟੀਚਰ ਨੂੰ ਦੱਸ ਦਿੰਦੇ ਨੇ ਮੈਡਮ ਇਹ ਜਿਹੜੀ ਨਕਲ ਮਾਰ ਰਹੀ ਹੈਗੀ ਹੈ, ਬੜਾ ਗੁੱਸਾ ਚੜ੍ਹਦਾ ਇਹਨਾਂ ਦੇ ਬੱਚਿਆਂ 'ਤੇ ਨਾ, ਇੱਦਾਂ ਦੇ ਬੱਚਿਆਂ 'ਤੇ ਜਿਹੜੇ ਇੱਦਾਂ ਕਰਦੇ ਨੇ। ਬਟ ਕੋਈ ਗੱਲ ਨਹੀਂ ਜੀ, ਚੀਟਿੰਗ ਤਾਂ ਇੱਕ ਹਿੱਸਾ ਹੈਗਾ ਜੀ ਪੜ੍ਹਾਈ ਦਾ, ਆਪਾਂ ਸ਼ੁਰੂ ਤੋਂ ਕਰਦੇ ਆਏ ਹਾਂ ਹਰ ਚੀਜ਼ ਵਿੱਚ। ਹੁਣ ਜਿੱਦਾਂ ਇਹਨਾਂ ਨੇ ਦੱਸਿਆ ਮੈਨੂੰ ਕਿ ਇਹ ਸੂਟਾਂ ਦੀ ਚੀਟਿੰਗ ਕਰਦੇ ਨੇ, ਪਰ ਬੱਚੇ ਪੜ੍ਹਾਈਆਂ 'ਚ ਜ਼ਿਆਦਾ ਹੀ ਕੁਛ ਨਕਲ ਕਰਨ ਲੱਗ ਪਏ ਨੇ, ਪਰ ਜਿੱਦਾਂ ਜਿੱਦਾਂ ਐਡਵਾਂਸ ਹੁੰਦਾ ਜਾ ਰਿਹਾ ਨਾ ਤਰੀਕਾ, ਮੈਨੂੰ ਲੱਗਦਾ ਜਿਹੜੀਆਂ ਨਕਲਾਂ ਦੇ ਤਰੀਕੇ ਵੀ ਐਡਵਾਂਸ ਹੁੰਦੇ ਜਾ ਰਹੇ ਆ, ਉਹ ਵੀ ਤੁਸੀਂ ਮੈਨੂੰ ਦੱਸਣੇ ਅੱਜ ਵੀ ਕਿਹੜੇ ਕਿਹੜੇ ਤਰੀਕੇ ਨੇ ਨਕਲਾਂ ਦੇ, ਐਡਵਾਂਸ ਜਿਹੜੇ ਤਰੀਕੇ ਨੇ, ਕਿਉਂਕਿ ਆਪਾਂ ਤਾਂ ਪੁਰਾਣੇ ਜ਼ਮਾਨੇ ਦੇ, ਸਾਨੂੰ ਤਾਂ ਪੁਰਾਣੇ ਤਰੀਕੇ ਪਤਾ ਸਾਰੇ, ਤਾਂ ਤੁਸੀਂ ਮੈਨੂੰ ਨਵੇਂ ਨਵੇਂ ਤਰੀਕੇ ਦੱਸਣੇ ਆ। ਅੱਛਾ ਕਈ ਵਾਰ ਮੈਂ ਵੇਖਿਆ ਵੀ ਜਿਹੜੇ ਪਾਣੀ ਪੀਣ ਦੇ ਬਹਾਨੇ ਜਾਂਦੇ ਨੇ ਨਾ, ਤੇ ਕਈ ਵਾਰ ਟੀਚਰ ਨੂੰ ਵੀ ਪਤਾ ਹੁੰਦਾ ਵੀ ਬੱਚੇ ਨੇ ਹੁਣ ਪਾਣੀ ਪੀਣ ਦੇ ਬਹਾਨੇ ਜਦੋਂ ਜਾਣਾ ਨਾ, ਤੇ ਬਾਹਰ ਕਿਤਾਬ ਰੱਖੀ ਹੁੰਦੀ ਹੈ, ਤੇ ਉਹ ਵੀ ਬੜਾ ਹਿਸਾਬ ਕਿਤਾਬ ਜਿਹਾ ਲਾ ਕੇ ਮਨਾ ਕਰ ਦਿੰਦੀ ਆ ਵੀ ਨਹੀਂ ਕੋਈ ਪਿਆਸ ਨਹੀਂ ਲੱਗੀ ਤੈਨੂੰ। ਉਹ ਬੰਦਾ ਪੁੱਛੇ ਟੀਚਰ ਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਪਿਆਸ ਲੱਗੀ ਕਿ ਨਹੀਂ ਲੱਗੀ, ਉਹ ਆਹੀ ਚੱਕਰ ਹੁੰਦਾ ਵੀ ਉਹਨੂੰ ਪਤਾ ਹੁੰਦਾ ਵੀ ਬੱਚੇ ਨੇ ਚੀਟਿੰਗ ਕਰਨ ਜਾਣੀ ਹੈ ਕਿ ਨਹੀਂ। ਤੁਹਾਡੇ ਨਾਲ ਵੀ ਇੱਦਾਂ ਹੋਇਆ ਹੋਏਗਾ ਵੀ ਤੁਸੀਂ ਕਿਹਾ ਹੋਣਾ ਵੀ ਮੈਂ ਪਾਣੀ ਪੀਣ ਜਾਣਾ, ਤੇ ਮੈਮ ਨੇ ਕਿਹਾ ਕੋਈ ਗੱਲ ਨਹੀਂ ਪਾਣੀ ਇੱਧਰ ਆ ਜਾਂਦਾ। ਅੱਛਾ ਕਈ ਵਾਰ ਨਾ ਆਪਾਂ ਉਹਨੂੰ ਪੈਸੇ ਦੇ ਦਈਏ ਨੇ, ਜਿਹੜਾ ਪਾਣੀ ਪਲਾਨ ਆਉਂਦਾ ਨਾ ਉਹਨੂੰ ਪੈਸੇ ਦੇ ਕੇ ਕਹਿ ਦਿੰਦੇ ਹਾਂ ਵੀ ਇਹ ਜਿਹੜੀ ਪਰਚੀ ਹੈ ਨਾ ਉਹ ਪਰਚੀ ਗਲਾਸ ਦੇ ਥੱਲੇ ਰੱਖ ਕੇ ਆਇਆ ਹੁੰਦਾ। ਆ ਮੈਂ ਪਿਕਚਰਾਂ 'ਚ ਵੇਖਿਆ ਇੱਦਾਂ ਦਾ ਸੀਨ ਵੀ ਹੁੰਦਾ ਵਾਕਈ ਕਲਾਸਾਂ ਦੇ ਵਿੱਚ। ਅੱਛਾ ਜਰਾਬਾਂ ਦੇ ਵਿੱਚ ਤੁਸੀਂ ਲੁਕਾਈਆਂ ਹੁੰਦੀਆਂ ਜਿਹੜੀਆਂ ਪਰਚੀਆਂ, ਉਹ ਕਈ ਵਾਰ ਤਾਂ ਜਰਾਬਾਂ ਖਿਲਾ ਕੇ ਵੇਖ ਲੈਂਦੇ ਨੇ ਨਾ, ਪਰਚੀਆਂ ਤਾਂ ਪਤਾ ਨਹੀਂ ਲੱਭਦੀਆਂ ਕਿ ਨਹੀਂ ਲੱਭਦੀਆਂ, ਮੁਸ਼ਕ ਬਹੁਤ ਫੈਲ ਜਾਂਦੀ ਕਲਾਸਾਂ ਦੇ ਵਿੱਚ, ਇਕੱਲੇ ਇਕੱਲੇ ਬੰਦੇ ਦੀ ਜਰਾਬਾਂ ਖਿਲਾ ਕੇ ਵੇਖੀਆਂ ਜਾਂਦੀਆਂ। ਅਤੇ ਮੇਰੀ ਬੇਨਤੀ ਇੰਨੀ ਆ ਵੀ ਜੇ ਤੁਸੀਂ
ਆ ਮੇਰੇ ਕੋਲੋਂ ਸਾਰਾ ਪੇਪਰ ਦੇਖ ਲੈਂਦੀ ਸੀਗੀ। ਇੱਕ ਵਾਰ ਤਾਂ ਇਹਦੀ ਬੇਇੱਜ਼ਤੀ ਇੰਨੀ ਹੋਈ ਨਾ, ਟੀਚਰ ਨੇ ਇੰਨੀ ਬੇਇੱਜ਼ਤੀ ਕੀਤੀ, ਉਹਨੇ ਕਿਹਾ ਵੀ ਜੇ ਇੰਨੀ ਚੀਟਿੰਗ ਕਰਨੀ ਸੀਗੀ ਘੱਟੋ ਘੱਟ ਆਪਣਾ ਨਾਮ ਤਾਂ ਵੱਖਰਾ ਲਿਖ ਲੈਂਦੀ। ਉਹਨੇ ਆਪਣੇ ਨਾਮ ਦੀ ਜਗ੍ਹਾ ਵੀ ਨਾ ਗੁਲਾਬੋ ਦੀ ਜਗ੍ਹਾ ਪਿੰਕੀ ਲਿਖਿਆ ਹੋਇਆ ਸੀਗਾ। ਇੰਨੀ ਇੰਨੀ ਅਕਲ ਹੋਣੀ ਚਾਹੀਦੀ ਹੈ, ਕਹਿੰਦੇ ਨਾ ਨਕਲ ਲਈ ਵੀ ਅਕਲ ਦੀ ਲੋੜ ਹੁੰਦੀ ਆ, ਹੈ ਕਿ ਨਹੀਂ? ਅੱਛਾ, ਅਤੇ ਇੱਕ ਹੋਰ ਗੱਲ ਤੁਹਾਨੂੰ ਮੈਂ ਦੱਸਣੀ ਸੀਗੀ ਵੀ ਜਿਹੜੀ ਆ ਆਪਣੀ ਗੁਲਾਬੋ ਆ, ਨਕਲ ਮੈਂ ਤੁਹਾਨੂੰ ਦੱਸਤਾ ਵੀ ਪੜ੍ਹਾਈ 'ਚ ਨਕਲ ਕਰਦੀ ਸੀਗੀ। ਆ ਸੂਟਾਂ 'ਚ ਮੈਂ ਤੁਹਾਨੂੰ ਦੱਸਿਆ ਸੀਗਾ ਥੋੜ੍ਹੇ ਦਿਨ ਪਹਿਲਾਂ ਵੀ ਮੇਰੀ ਸੂਟਾਂ 'ਚ ਵੀ ਨਕਲ ਕਰਦੀ ਸੀਗੀ, ਇਹ ਆਪਣੀ ਭੈਣ ਦੀ ਸੂਟਾਂ ਵਿੱਚ ਨਕਲ ਕਰਦੀ ਸੀਗੀ, ਰੋਜ਼ੀ ਦੀ ਉਹਦੀਆਂ ਚੂੜੀਆਂ ਲੈ ਜਾਂਦੀ ਸੀ ਕਦੀ। ਅਤੇ ਮੇਰੇ ਕਹਿਣ ਦਾ ਮਤਲਬ ਹੈ ਵੀ ਜੈਲਸੀ ਹੋਏ ਭਾਵੇਂ ਨਕਲ ਹੋਏ, ਥੋੜ੍ਹੀ ਨਾ ਧਿਆਨ ਨਾ ਕਰਨੀ ਚਾਹੀਦੀ ਆ, ਹੈ ਕਿ ਨਹੀਂ? ਅਤੇ ਅੱਜ ਆਪਾਂ ਆਪਣੇ ਕਾਲਰਸ ਨਾਲ ਇਹੀ ਗੱਲਬਾਤ ਕੀਤੀ ਆ ਵੀ ਨਕਲ, ਹੈ ਨਾ? ਮੈਨੂੰ ਲੱਗਦਾ ਅਗਲੇ ਕਾਲਰ ਆ ਗਏ ਨੇ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਮੈਂ ਇੰਡੀਆਨਾ ਤੋਂ ਬੋਲਦੀ ਹਾਂ ਜੀ। ਕੀ ਨਾਮ ਹੈ ਤੁਹਾਡਾ? ਬਲਜੀਤ। ਬਲਜੀਤ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਮੈਨੂੰ ਪ੍ਰੋਗਰਾਮ ਬੜਾ ਵਧੀਆ ਲੱਗਿਆ, ਤੁਹਾਡੀ ਸਮਾਈਲ, ਗੱਲ ਕਰਨ ਦਾ ਤਰੀਕਾ ਬਹੁਤ ਵਧੀਆ। ਥੈਂਕ ਯੂ ਸੋ ਮਚ ਜੀ। ਜਿਹੜੀ ਤੁਸੀਂ ਨਕਲ ਬਾਰੇ ਗੱਲ ਕਰਦੇ ਹੋ, ਇਹ ਤਾਂ ਨੋਰਮਲ ਹੈ ਲਾਈਫ ਦੇ ਵਿੱਚ, ਨਕਲ ਵਿਦ ਅਕਲ। ਜੇ ਨਕਲ ਕਰ ਲਓ ਤਾਂ ਵਧੀਆ ਹੀ ਗੱਲ ਹੈ। ਹਾਂਜੀ, ਤੇ ਬਾਕੀ ਸਟੂਡੈਂਟ ਲਾਈਫ ਦੇ ਵਿੱਚ ਤਾਂ ਬੱਚੇ ਕਰ ਹੀ ਲੈਂਦੇ ਆ, ਥੋੜਾ ਬਹੁਤ ਚੱਲਦਾ ਹੀ ਹੈ ਨਾ ਜੀ, ਇੰਨਾ ਕੁ ਤਾਂ ਚੱਲਦਾ ਹੀ ਹੈ। ਤੁਸੀਂ ਤੁਸੀਂ ਕਰਦੇ ਸੀਗੇ ਨਕਲ? ਨਹੀਂ, ਮੈਂ ਨੀ ਕੀਤੀ, ਮੈਂ ਤਾਂ ਟੀਚਰ ਸੀ ਜੀ, ਤੇ ਮੈਂ ਤਾਂ ਵੈਸੇ ਪੜ੍ਹਨ ਨੂੰ ਹੁਸ਼ਿਆਰ ਸੀ ਜੀ, ਆਪਦੇ ਮੂੰਹ ਨਾਲ ਸਿਫਤ ਤਾਂ ਹੁੰਦੀ ਨੀ, ਪਰ ਕਈ ਦੇਖੇ ਸੀਗੇ, ਪਰ ਚੰਗਾ ਲੱਗਦਾ ਸੀ, ਥੋੜੀ ਥੋੜੀ ਜਿਹੀ ਕਰ ਲੈਂਦੇ ਸੀ। ਮੈਂ ਵੇਖਿਆ ਵੀ ਕੁੜੀਆਂ ਨਕਲਾਂ ਘੱਟ ਕਰਦੇ, ਮੁੰਡੇ ਜ਼ਿਆਦਾ ਕਰਦੇ ਨੇ ਨਕਲਾਂ, ਇਹ ਕੀ ਚੱਕਰ ਆ? ਇਹ ਮੁੰਡੇ ਫਿਰ ਬਾਹਰ ਜ਼ਿਆਦਾ ਘੁੰਮਦੇ ਫਿਰਦੇ ਆ, ਸਿਟਿੰਗ ਹੁੰਦੀ ਨਹੀਂ ਉਹਨਾਂ ਦੀ, ਕੰਸੈਂਟਰੇਸ਼ਨ ਘੱਟ ਹੁੰਦੀ ਹੈ, ਹੈ ਨਾ? ਤੇ ਉਹਨਾਂ ਦਾ ਧਿਆਨ ਹੁੰਦਾ, ਬਸ ਕੋਈ ਗੱਲ ਨਹੀਂ ਜੀ, ਅੱਗੇ ਜਿਹੜੀ ਕੁੜੀ ਬੈਠੀ ਹੋਏਗੀ ਉਹਦੇ ਕੋਲ ਪੁੱਛ ਲਾਂਗੇ। ਠੀਕ ਹੈ, ਕੁੜੀਆਂ ਵੀ ਬੜੀਆਂ ਬੋਲਡ ਨੇ ਅੱਜ ਕੱਲ, ਐਵੇਂ ਤਾਂ ਨਕਲ ਨਹੀਂ ਮਰਵਾਉਂਦੀਆਂ। ਤੁਸੀਂ ਇੱਕ ਟੀਚਰ ਹੋ ਨਾ, ਤੁਹਾਨੂੰ ਪਤਾ ਹੋਏਗਾ, ਹੈ ਨਾ? ਤੁਸੀਂ ਤਾਂ ਬੜਾ ਐਕਸਪੀਰੀਅੰਸ ਕੀਤਾ ਹੋਣਾ ਵੀ ਕਿਵੇਂ ਕਿਵੇਂ ਦੇ ਤਰੀਕੇ ਅਪਣਾਉਂਦੇ ਨੇ, ਹੈ ਨਾ? ਹਾਂਜੀ ਹਾਂਜੀ, ਤਰੀਕੇ ਤਾਂ ਬੱਚੇ, ਪਰ ਫੇਸ ਰੀਡਿੰਗ ਤੋਂ ਹੀ ਪਤਾ ਲੱਗ ਜਾਂਦਾ ਵੀ ਬੱਚੇ ਕੋਲ, ਕਈ ਤਾਂ ਬੋਲਡ ਹੁੰਦੇ ਆ, ਉਹਨਾਂ ਦਾ ਨਹੀਂ ਪਤਾ ਲੱਗਦਾ, ਕਈ ਵਿਚਾਰੇ ਫਸ ਜਾਂਦੇ ਆ ਪਹਿਲਾਂ ਹੀ। ਉਹ ਸ਼ਕਲ ਤੋਂ ਹੀ ਤੁਸੀਂ ਮਾਈਂਡ ਰੀਡ ਕਰ ਲੈਂਦੇ ਹੋ ਉਹਨਾਂ ਦਾ, ਹੈ ਨਾ, ਵੀ ਕੀ ਚੱਲ ਰਿਹਾ, ਇਹਨੇ ਪਰਚੀ ਕਿੱਥੇ ਲੁਕਾਈ ਹੋਈ ਆ। ਹਾਂਜੀ ਹਾਂਜੀ, ਤੇ ਬੜਾ ਹੀ ਵਧੀਆ ਪ੍ਰੋਗਰਾਮ ਹੈ, ਤੇ ਤੁਹਾਡੀ ਏਜ ਕਿੰਨੀ ਹੈ ਪੁੱਛ ਸਕਦੀ ਹਾਂ ਮੈਂ? ਹਿਸਾਬ ਤਾਬ ਜਿਹਾ ਲਾ ਕੇ ਦੱਸ ਦਾ। ਕੋਈ ਗੱਲ ਨੀ, ਕੁੜੀਆਂ ਤਾਂ ਏਜ ਵੈਸੇ ਲੁਕਾਉਂਦੀਆਂ ਹੀ ਹੁੰਦੀਆਂ ਨੇ। ਹਿਸਾਬ ਤਾਬ ਜਿਹਾ ਲਾ ਕੇ 25 ਬਣਦੀ ਆ ਜੀ? ਨਹੀਂ, ਪਰ 20-22 ਦੀ ਲੱਗਦੀਆਂ। ਅੱਛਾ, ਚਲੋ 19 ਕੁ ਲਾ ਲਓ, ਹੈ ਨਾ? ਗੱਲ ਕਰਨ ਦਾ ਸਟਾਈਲ ਬਹੁਤ ਵਧੀਆ ਹੈ, ਤੇ ਬੜਾ ਮਨ ਲੱਗਦਾ ਜਦੋਂ ਗੱਲ ਤੁਹਾਡਾ ਪ੍ਰੋਗਰਾਮ ਸੁਣੀਦਾ ਨਾ, ਆਪਣੀਆਂ ਗੱਲਾਂ ਸਾਂਝੀਆਂ ਕਰਦੇ, ਸਾਨੂੰ ਬਹੁਤ ਵਧੀਆ ਲੱਗਦਾ ਆ। ਹਾਂਜੀ ਹਾਂਜੀ, ਤੇ ਤੁਸੀਂ ਆਪਣੀ ਐਂਟਰੀ? ਹਾਂਜੀ, ਪਰਮਾਤਮਾ ਤੁਹਾਨੂੰ ਮਤਲਬ ਐਵੇਂ ਬੋਲ ਚਾਲ ਸਟਾਈਲ ਤੁਹਾਡਾ ਵਧੀਆ ਰੱਖੇ, ਤੇ ਬੜਾ ਵਧੀਆ ਲੱਗਦਾ, ਬਹੁਤ ਚੰਗਾ ਲੱਗਦਾ। ਥੈਂਕ ਯੂ ਮੈਮ, ਥੈਂਕ ਯੂ। ਮੈਂ ਤੁਹਾਨੂੰ ਹੁਣੀ ਦੱਸਿਆ, ਸਾਰਿਆਂ ਨੂੰ ਬ੍ਰੇਕ ਤੋਂ ਬਾਅਦ ਵੀ ਦੱਸਿਆ ਤੇ ਪਹਿਲਾਂ ਵੀ ਦੱਸਿਆ ਸੀਗਾ ਵੀ ਡਿਨਰ ਹੈਗਾ ਦਿਲਜੀਤ ਜੀ ਦੇ ਨਾਲ, ਤੁਹਾਨੂੰ ਪਤਾ ਨਾ? ਹਾਂਜੀ, ਉਹ ਦੱਸ ਰਹੇ ਸੀ, ਪੂਰੀ ਤਰ੍ਹਾਂ ਸੁਣਿਆ ਨਹੀਂ ਮੈਂ। ਪੂਰੀ ਤਰ੍ਹਾਂ ਸੁਣਾ ਦਿੰਦੇ ਤੁਹਾਨੂੰ, ਦਿਲਜੀਤ ਜੀ ਦੇ ਨਾਲ ਡਿਨਰ ਚੱਲ ਰਿਹਾ, ਕੰਟੈਸਟ ਚੱਲ ਰਿਹਾ ਹੈਗਾ, ਠੀਕ ਹੈ, ਗਲੋਬਲ ਪੰਜਾਬ ਦੇ ਵੱਲੋਂ। ਉਹਨਾਂ ਨੇ ਕੀ ਕੀਤਾ ਆ ਵੀ ਜਿਹੜੇ ਦਿਲਜੀਤ ਜੀ ਦੇ ਨਾਲ ਰੋਟੀ ਖਾਣਾ ਚਾਹੁੰਦੇ ਨੇ, ਉਹਨਾਂ ਨੂੰ ਮਿਲਣਾ ਚਾਹੁੰਦੇ ਨੇ, ਉਹ ਨਿਊ ਜਰਸੀ ਦੇ ਵਿੱਚ ਉਹਨਾਂ ਨੂੰ ਮਿਲ ਸਕਦੇ ਨੇ 14 ਤਰੀਕ ਨੂੰ। ਪਰ ਉਹਦੇ ਲਈ ਇੱਕ ਪ੍ਰੋਸੀਜਰ ਹੈਗਾ, ਇੱਕ ਆਸਾਨ ਜਿਹਾ ਤੁਹਾਡੇ ਕੋਲ ਸਵਾਲ ਹੈਗਾ, ਉਹ ਸਵਾਲ ਇਹ ਆ ਵੀ ਉਹ ਕਿਹੜੀ ਪਹਿਲੀ ਬਾਲੀਵੁੱਡ ਮੂਵੀ ਸੀਗੀ, ਪਹਿਲੀ ਕਿਹੜੀ ਬਾਲੀਵੁੱਡ ਮੂਵੀ ਸੀਗੀ ਜਿਹਦੇ ਵਿੱਚ ਦਿਲਜੀਤ ਜੀ ਨੇ ਆਪਣੀ ਅਪੀਅਰੈਂਸ ਵੀ ਦਿੱਤੀ ਸੀਗੀ ਅਤੇ ਆਪਣੀ ਆਵਾਜ਼ ਵੀ ਦਿੱਤੀ ਸੀਗੀ। ਆਪਸ਼ਨਸ ਜਿਹੜੀਆਂ ਹੈਗੀਆਂ ਤੁਹਾਡੇ ਕੋਲ ਐਡ ਵਿੱਚ ਨਾਲ ਦਿਖਣ ਦੀਆਂ ਹੋਣਗੀਆਂ ਫਿਲਮਾਂ ਦੀਆਂ, ਠੀਕ ਹੈ ਨਾ? ਅਤੇ ਤੁਸੀਂ ਫਟਾਫਟ ਮੈਸੇਜ ਕਰਨਾ ਹੈ, ਨੰਬਰ ਹੈਗਾ ਜੀ 3477577369 'ਤੇ, ਅਤੇ ਇਸ ਨੰਬਰ 'ਤੇ ਤੁਸੀਂ ਮੈਸੇਜ ਕਰ ਦੇਣਾ ਆ, ਆਸਾਨ ਹੈ ਨਾ? ਹਾਂਜੀ ਹਾਂਜੀ, ਠੀਕ ਹੈ ਜੀ, ਦੇਖਦੇ ਕੋਸ਼ਿਸ਼ ਕਰਾਂਗੇ। ਹਾਂਜੀ, ਕੋਸ਼ਿਸ਼ ਜੇ ਕਰਦੇ ਰਹੇ ਨਾ ਤੁਸੀਂ, ਤੇ ਫਿਰ ਮੈਂ ਮੈਸੇਜ ਕਰ ਦੇਣਾ, ਮੈਂ ਖਾਣੀ ਰੋਟੀ ਉਹਨਾਂ ਨਾਲ। ਠੀਕ ਹੈ, ਕਿਵੇਂ ਲੱਗਿਆ? ਬਹੁਤ ਵਧੀਆ ਲੱਗਿਆ। ਹਾਂਜੀ ਹਾਂਜੀ ਜੀ, ਬਹੁਤ ਬਹੁਤ ਵਧੀਆ ਲੱਗਿਆ, ਤੇ ਹੁਣ ਤੁਸੀਂ ਫਟਾਫਟ ਉਹਨਾਂ ਨੂੰ ਮੈਸੇਜ ਭੇਜਣਾ ਆ, ਠੀਕ ਹੈ? ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ, ਅੱਜ ਸਾਰਿਆਂ ਨੂੰ ਨਾ ਮਤਲਬ ਕਿ ਮੇਰਾ ਤਰੀਕਾ ਜਿਹੜਾ ਬਹੁਤ ਵਧੀਆ ਲੱਗ ਰਿਹਾ ਹੈ, ਤੇ ਮਤਲਬ ਗੱਲਬਾਤ ਹੈ ਨਾ?
ਇਹ ਤਾਂ ਜੀ ਸੂਟ ਦਾ ਕਮਾਲ ਹੈਗਾ, ਮੈਨੂੰ ਲੱਗਦਾ ਅੱਜ ਮੈਂ ਸੂਟ ਸੋਹਣਾ ਪਾ ਲਿਆ ਮੈਨੂੰ ਲੱਗਦਾ, ਹੈ ਨਾ। ਪਿੰਕੀ ਮੇਰਾ ਨਾਂ ਹੈ ਅਤੇ ਮੈਂ ਜ਼ਿਆਦਾਤਰ ਪਿੰਕ ਸੂਟ ਪਾਉਂਦੀ ਹਾਂ, ਮੇਰੇ ਤਾਂ ਫੱਬ ਦੇ ਵੀ ਹੈਗੇ ਨੇ ਸਾਰੇ, ਤਾਂ ਇਹੀ ਕਹਿੰਦੇ ਨੇ, ਹੈ ਨਾ। ਹੁਣ ਤੁਸੀਂ ਮੇਰੀ ਨਕਲ ਨਹੀਂ ਕਰ ਲੈਣੀ, ਕਿਉਂਕਿ ਅੱਜ ਸਾਡਾ ਟੌਪਿਕ ਵੀ ਇਹੀ ਹੈਗਾ ਨਕਲ, ਅਤੇ ਜੇ ਕਿਸੇ ਨੇ ਮੇਰੇ ਸੂਟ ਦੀ ਨਕਲ ਕੀਤੀ ਨਾ ਤਾਂ ਮੈਂ ਨਾਲ ਹੀ ਕਾਪੀਰਾਈਟ ਹੈਗੀ ਜੀ, ਵੇਖੋ ਐਸੀ ਕੋਈ ਗੱਲ ਨਹੀਂ ਹੈਗੀ। ਅੱਛਾ, ਆਪਾਂ ਗੱਲਬਾਤ ਕਰ ਰਹੇ ਸੀਗੇ ਨਕਲ ਦੀ, ਅਤੇ ਜਿੱਦਾਂ ਕਿ ਇਹਨਾਂ ਨੇ ਦੱਸਿਆ ਵੀ ਨਕਲ ਸਾਰੇ ਕਰਦੇ ਨੇ, ਕਈ ਫੜੇ ਜਾਂਦੇ ਨੇ, ਕਈ ਨਹੀਂ ਫੜੇ ਜਾਂਦੇ, ਹੈ ਨਾ। ਪਰ ਆਪਾਂ ਧਿਆਨ ਨਾਲ ਨਕਲ ਕਰਨੀ ਹੈ, ਕਰਨੀ ਤਾਂ ਪੈਂਦੀ ਹੈ, ਜਿੱਦਾਂ ਸਰ ਨੇ ਸਾਨੂੰ ਪਹਿਲਾਂ ਵੀ ਦੱਸਿਆ ਵੀ ਨਕਲ ਕਰਨੀ ਪੈਂਦੀ ਹੈ ਮਾੜੀ ਮੋਟੀ, ਹੈ ਨਾ। ਅਤੇ ਚਲੋ ਕੋਈ ਗੱਲ ਨਹੀਂ ਜੀ, ਇੱਥੇ ਹੀ ਆਪਾਂ ਇਸ ਟੌਪਿਕ ਦੀ ਸਮਾਪਤੀ ਕਰ ਦਿੰਦੇ ਹਾਂ, ਅਤੇ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਜੀ ਲੈ ਕੇ ਇੱਕ ਨਵਾਂ ਟੌਪਿਕ, ਨਵਾਂ ਐਪੀਸੋਡ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।